लुधियाना में 8.5 करोड़ की लूट की मास्टरमाइंड मंदीप कौर उर्फ मोना को पंजाब पुलिस ने उत्तराखंड से गिरफ्तार कर लिया। उसे पकड़ने के लिए पुलिस ने ऐसा ट्रैप बिछाया था कि किसी को भनक तक नहीं लगी। दरअसल पुलिस को उसके धार्मिक स्थल में होने की लोकेशन मिली थी, जिसके बाद पुलिस ने उस धार्मिक स्थल के बाहर फ्रूटी का लंगर लगाया। यहां जैसे ही मोना पति के साथ फ्रूटी लेने के लिए कतार में लगी तो पुलिस ने उसे गिरफ्तार कर लिया। लुटेरों को पकड़ने के लिए चलाए गए ऑपरेशन को इंस्पेक्टर बेंत जुनेजा ने लीड किया था। गिरफ्तारी के बाद मनी और मोना को आमने सामने बैठा कर पूछताछ की। पूछताछ में कई खुलासे हुए। डकैत मनदीप मोना ने मनी से फ्रेंडशिप के बाद ही लूट के लिए सोचना शुरू कर दिया था। वो मनी से कंपनी और वहाँ के काम के बारे में पूछताछ करती रहती थी। दोषी गौरव उर्फ गुलशन ओनू गिदड़वा तो अज गिरफ्तार किया। गिदड़वा तो ओनू अरेस्ट किया। हुण इहदे विच जिहड़ी लगभग पहला 5,75,00,000 ते हुण 21,00,000 होर ਇਹ ਕੈਸ਼ ਇਹਨਾਂ ਰਿਕਵਰ ਹੋ ਚੁੱਕਿਆ। ਅਜੇ ਪਹਿਲੇ ਦੋਸ਼ੀਆਂ ਦਾ ਅੱਜ ਕੋਰਟ ਚ ਪੇਸ਼ ਕੀਤੇ ਸੀ। 4 ਦਿਨ ਦਾ ਰਿਮਾਂਡ ਮਿਲ ਗਿਆ। ਇਹਨਾਂ ਨੂੰ ਅਸੀਂ ਜਾ ਕੇ ਪੇਸ਼ ਕਰਾਂਗੇ ਅੱਜ। ਇਹ ਜਿਹੜੀ ਹੈ ਲੇਟ ਨਾਈਟ ਜਦੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਉਦੋਂ ਸਾਡੀ ਪੁਲਿਸ ਪਾਰਟੀ ਨੇ ਜਿਹਦੇ ਵਿੱਚ ਇੰਸਪੈਕਟਰ ਕੁਲਵੰਤ ਸਿੰਘ ਇੰਸਪੈਕਟਰ ਬੇਅੰਤ ਜਨੇਜਾ ਜਿਹੜੇ ਆ ਉਹਨਾਂ ਨੇ ਉੱਥੋਂ ਜਾ ਕੇ ਹੇਮਕੋਟ ਦੇ ਰਸਤੇ ਤੋਂ ਇਹਨਾਂ ਨੂੰ ਉਹਦੇ ਰਸਤੇ ਦੇ ਵਿੱਚ ਫੜ ਲਿਆ ਤੇ ਉਸ ਤੋਂ ਬਾਅਦ ਆ ਕੇ ਉਹਦੇ ਤੋਂ ਪੁੱਛ ਗਿੱਛ ਇਨੀਸ਼ੀਅਲ ਕੀਤੀ। ਸਾਡੇ ਕੋਲੇ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਬੰਦਿਆਂ ਨੂੰ ਅਸੀਂ ਕੁਛ ਨੂੰ ਰਿਸ਼ਤੇਦਾਰੀ ਵਿੱਚੋਂ ਬੰਦਿਆਂ ਨੂੰ ਰੋਕ ਪਿੰਨ ਕਰ ਲਿਆ ਸੀ, ਜਿਹਨੇ ਹੁਲੀਆ ਦੱਸਿਆ ਸੀ ਵੀ ਇਸ ਟਾਈਪ ਦੇ ਕੱਪੜੇ ਪਾਏ ਹੋ ਸਕਦੇ ਆ, ਜਿਹਦੇ ਵਿੱਚੋਂ ਇਹਦੇ ਵਿੱਚ ਉਹਨੂੰ ਇਹਦੇ ਸਨੀਕਰਸ ਬਾਰੇ ਦੱਸਿਆ ਗਿਆ ਸੀ ਖਾਸ ਤੌਰ ਤੇ ਵੀ ਕਿਸ ਟਾਈਮ ਦੇ ਜਿਹੜੇ ਸਨੀਕਰਸ ਆ ਜਿਹੜੀ ਮਨਦੀਪ ਮੋਨਾ ਨੇ ਜਿਹੜੇ ਪਾਏ ਹੋਏ ਆ ਚੌੜੇ ਚਿੱਟੇ ਫਲੈਟ ਵਾਲੇ ਤੇ ਪਿੰਕ ਐਂਡ ਪਲੱਸ ਵਾਈਟਿਸ਼ ਕਲਰ ਵਾਲੇ ਜਿਹੜੇ ਸਨੀਕਰ ਆ ਉਹ ਪਾਏ ਹੋਏ ਆ ਤੇ ਉਹਦੇ ਬਾਰੇ ਸਾਰੀ ਡਿਟੇਲ ਜਿੰਨੀ ਜਿੰਨੀ ਸਾਨੂੰ ਕੱਪੜਿਆਂ ਤੋਂ ਜਿਹੜੀ ਦਿੱਤੀ ਵੀ ਸੀ ਡਿਟੇਲ ਉਸ ਡਿਟੇਲ ਦੇ ਹਿਸਾਬ ਤੇ ਇਹਨਾਂ ਨੂੰ ਫੜਨ ਚ ਕਾਮਯਾਬ ਹੋਏ ਆ। ਇਹ ਹੁਣ ਤੱਕ ਜਿਹੜਾ ਇਹਨੂੰ ਕਹਿ ਦੋ ਵੀ 5,75,00,000 ਰੁਪਇਆ ਤੇ ਪਲੱਸ ਜਿਹੜਾ 21,00,000 ਰੁਪਇਆ ਜਿਹੜਾ ਇਹਨਾਂ ਤੋਂ ਹਜੇ ਆ ਕੇ ਇਹਨਾਂ ਨੂੰ ਕੋਰਟ ਦੇ ਵਿੱਚ ਹਜੇ ਪੇਸ਼ ਕਰਨਾ। ਅਸੀਂ ਇਹਨਾਂ ਦਾ ਲੰਮਾ ਰਿਮਾਂਡ ਲੈ ਕੇ ਕਿਉਂਕਿ ਹਰ ਦੋਸ਼ੀ ਨੂੰ ਇਹ ਜਦੋਂ ਲੱਗਦਾ ਹੈ ਦੂਜਾ ਦੋਸ਼ੀ ਨਹੀਂ ਫੜਿਆ ਜਾਂਦਾ। ਜਿਵੇਂ ਇਹਨਾਂ ਨੇ ਜਾਣਾ ਤਾਂ ਇਹ ਸੀਗਾ ਸ਼ੁਕਰਾਨਾ ਕਰਨ ਜਿਹੜਾ ਤੇ ਮੰਗ ਕੇ ਆ ਗਏ ਮਾਫ਼ੀ, ਉਹਦੇ ਵਿੱਚ ਜਦੋਂ ਕਿ ਦੂਜੇ ਸਾਥੀ ਦਾ ਪਤਾ ਲੱਗਿਆ ਜਦੋਂ ਇੱਕ ਦੂਜੇ ਦੇ ਸਾਥੀ ਫੜਿਆ ਦਾ ਇਹਨਾਂ ਦੀ ਕ੍ਰੋਸ ਕੁਐਸਚਨਿੰਗ ਦਾ ਜਦੋਂ ਆਪਸ ਚ ਡਿਟੇਲ ਪਤਾ ਲੱਗੂਗੀ ਫਿਰ ਅੱਗੇ ਪੜਤਾਲ ਕਰਾਂਗੇ।